ਸਵਾਗਤ ਹੈ ਦੋਸਤੋ ਤੁਹਾਡਾ ਫਿੱਟ ਐਂਡ ਫਾਈਵ ਦੇ ਵਿੱਚ। ਅਤੇ ਤੁਹਾਡੇ ਵਿਊਜ਼ ਤੋਂ ਪਤਾ ਚੱਲ ਰਿਹਾ ਕਿ ਤੁਸੀਂ ਕਾਫੀ ਵਧੀਆ ਇੰਜੋਏ ਕਰ ਰਹੇ ਹੋ। ਅਤੇ ਅੱਜ ਤੁਹਾਨੂੰ ਵਰਕਆਊਟ ਦੇ ਨਾਲ ਨਾਲ ਅਸੀਂ ਥੋੜ੍ਹਾ ਜਿਹਾ ਐਕਸਟਰਾ ਮਤਲਬ ਕੁਛ ਦੱਸਾਂਗੇ ਕਿ ਜੋ ਇੱਕ ਵਰਕਆਊਟ ਤਾਂ ਹੈ ਹੀ ਹੈ, ਨਾਲ ਦੀ ਨਾਲ ਐਰੋਬਿਕਸ ਦਾ ਤੁਹਾਨੂੰ ਥੋੜ੍ਹਾ ਜਿਹਾ ਟੇਸਟ ਅਲੱਗ ਦੇਵਾਂਗੇ। ਉਹਦੇ ਨਾਲ ਤੁਸੀਂ ਇੰਜੋਏ ਵੀ ਕਰੋਗੇ ਅਤੇ ਆਪਣਾ ਜੋ ਇਮਿਊਨਿਟੀ ਪਾਵਰ ਹੈ ਉਹਨੂੰ ਹੋਰ ਵੀ ਸਟਰੋਂਗ ਕਰੋਗੇ। ਅੱਜ ਪੰਜਵਾਂ ਦਿਨ ਹੈ ਜੀ, ਸੇਮ ਉਸੇ ਤਰੀਕੇ ਨਾਲ ਆਪਾਂ ਪਹਿਲਾਂ ਨੂੰ ਵਾਰਮ ਅਪ ਕਰਾਂਗੇ। ਵਾਰਮ ਅਪ ਕੰਮ ਐਰੋਬਿਕਸ ਵੀ ਐਡ ਕਰਾਂਗੇ ਇਹਦੇ ਵਿੱਚ ਅੱਜ, ਅਤੇ ਉਹਦੇ ਨਾਲ ਥੋੜ੍ਹਾ ਜਿਹਾ ਫਨ ਵੀ ਹੋ ਜਾਏਗਾ ਅਤੇ ਵਰਕਆਊਟ ਵੀ ਹੋ ਜਾਏਗਾ, ਮਸਲ ਦੀ ਇੰਪਰੂਵਮੈਂਟ ਵੀ ਪਲੱਸ ਐਰੋਬਿਕਸ। ਠੀਕ ਹੈ ਜੀ, ਸਟਾਰਟ। ਫਰੰਟ ਲੈਗ ਪੁੱਲ, ਇਹਦੇ ਨਾਲ ਆਪਾਂ ਲੋਅਰ ਫੈਟ ਜੋ ਹੈ ਉਹਨੂੰ ਬਰਨ ਕਰ ਸਕਦੇ ਹਾਂ ਅਤੇ ਲੋਅਰ ਮਸਲ ਜੋ ਵੀ ਐਬਡੋਮਿਨਲਸ ਹੈਗੇ ਉਹਨਾਂ ਨੂੰ ਸ਼ਾਰਪ ਕਰ ਸਕਦੇ ਹਾਂ। ਨੈਕਸਟ ਹੈ ਜੀ ਸਾਈਡ ਕ੍ਰੰਚਸ, ਇਹਦੇ ਨਾਲ ਜੋ ਸਾਈਡਸ ਦੇ ਲੋਅਰ ਫੈਟ ਰਿਡਿਊਸ ਕਰ ਸਕਦੇ ਹਾਂ। ਨੈਕਸਟ ਹੈ ਜੀ ਫਰੰਟ ਟੋ ਟੱਚ ਕਰਨਾ, ਇਹਦੇ ਨਾਲ ਵੀ ਆਪਾਂ ਸਿਮੀਲਰ ਫੈਟ ਬਰਨ ਕਰ ਸਕਦੇ ਹਾਂ ਇਹਨੂੰ ਬੜੇ ਅੱਛੇ ਤਰੀਕੇ ਨਾਲ। ਇਹਦੇ ਵੀ ਸੇਮ 20-20 ਰੈਪੀਟੇਸ਼ਨਸ।
ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਵਰਕਆਊਟ, ਤਾਂ ਵਰਕਆਊਟ ਦੇ ਨਾਲ ਨਾਲ ਤੁਸੀਂ ਥੋੜ੍ਹਾ ਤੁਹਾਨੂੰ ਅਲੱਗ ਟੇਸਟ ਵੀ ਅੱਜ ਮਿਲਿਆ ਹੋਣਾ, ਜੋ ਆਪਾਂ ਵਰਕਆਊਟ ਦਾ ਇੱਕ ਪਾਰਟ ਤੁਹਾਨੂੰ ਦੱਸਿਆ ਸੀ ਕਿ ਹਾਂ ਨਾਲ ਐਰੋਬਿਕਸ ਵੀ ਕਰਾਵਾਂਗੇ, ਤਾਂ ਉਮੀਦ ਕਰਦਾ ਕਿ ਤੁਸੀਂ ਇੰਜੋਏ ਕੀਤਾ ਹੋਏਗਾ। ਜੁੜੇ ਰਹੋ ਸਾਂਝਾ ਮੁੱਦਾ ਦੇ ਨਾਲ।